ਤਰਨ ਤਾਰਨ ਦੇ ਪਿੰਡ ਡਿਆਲ ਚ ਇੱਕ 80 ਸਾਲਾ ਬਜ਼ੁਰਗ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਨਜ਼ਦੀਕੀ ਪਿੰਡ ਵਿੱਚ ਇੱਕ ਵਿਅਕਤੀ ਕੋਲੋਂ ਮ੍ਰਿਤਕ ਬਜ਼ੁਰਗ ਨੇ 2000 ਰੁਪਏ ਉਧਾਰ ਲਏ ਸਨ। ਪੈਸੇ ਦੇਣ ਵਿੱਚ ਦੇਰੀ ਹੋਈ ਤਾਂ ਕੁਲਦੀਪ ਸਿੰਘ ਆਪਣੇ ਕੁਝ ਸਾਥੀਆਂ ਨਾਲ ਪੈਸੇ ਮੰਗਣ ਲੱਗੇ। ਇਸ ਨੂੰ ਲੈ ਕੇ ਝਗੜਾ ਵੱਧ ਗਿਆ, ਜਿਸ ਦੌਰਾਨ ਬਜ਼ੁਰਗ ਝਗੜਾ ਖਤਮ ਕਰਨ ਲਈ ਅੱਗੇ ਆਇਆ ਤਾਂ ਲੜਾਈ ਵਿੱਚ ਸੱਟਾ ਲੱਗਣ ਤੇ ਮੋਹਨ ਸਿੰਘ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਦੀ ਬਾਂਹ ਟੁੱਟਣ ਤੋਂ ਇਲਾਵਾ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਰਾਤ 11:30 ਵਜੇ ਸਾਡੇ ਘਰ ਹਾਦਸਾ ਆਇਆ ਵਾ, ਤਿੰਨ ਬੰਦੇ ਅੜ ਕੇ ਪਏ ਨੇ। ਇਹਨਾਂ ਤਿੰਨਾਂ ਬੰਦਿਆਂ ਨੇ ਸਾਡੇ ਘਰ ਕੁੱਟਮਾਰ ਕੀਤੀ ਆ। ਬਾਪੂ ਨੂੰ ਜਾਨੋ ਮਾਰ ਦਿੱਤਾ ਗਿਆ ਵਾ, ਇੱਕ ਮੇਰਾ ਦੇ ਰਿਹਾ ਉਹਨੂੰ ਕੁੱਟਮਾਰ ਕੀਤੀ ਆ, ਉਹਦੀ ਸੱਜੀ ਬਾਂਹ ਤੋੜੀ ਆ। ਤਿੰਨ ਬੰਦੇ ਨੇ ਘਰ ਜਿਹੜੇ ਅੜ ਕੇ ਪਏ, ਦੋ ਬੰਦੇ ਬਾਹਰ ਖੜ੍ਹੇ ਰਹੇ ਨੇ। ਬੰਦੇ ਜਿਹਨੇ ਬਾਪੂ ਦੀ ਮੌਤ ਕੀਤੀ ਆ ਉਹ ਕੁਲਦੀਪ ਸਿੰਘ ਆ, ਸਨ ਆਫ ਲਖਵੀਰ ਸਿੰਘ ਆ, ਦਲਵੀਰ ਸਿੰਘ, ਅਤੇ ਜਿਹੜਾ ਜਿਹਨੇ ਬਾਂਹ ਤੋੜੀ ਆ ਉਹ ਗੁਰਲਾਲ ਸਿੰਘ ਆ, ਸਨ ਆਫ ਜੀਣਾ ਸਿੰਘ ਆ, ਜਿਹਨੇ ਡਾਂਗਾਂ ਮਾਰੀਆਂ ਲੱਕ ਦੇ ਵਿੱਚ ਉਹ ਸਨ ਆਫ ਰੋਡੂ ਸਿੰਘ ਆ, ਮੁੰਡੇ ਦਾ ਨਾਂ ਪ੍ਰਭ ਸਿੰਘ ਆ। ਕਿਹੜੀ ਕਿਹੜੀ ਝਗੜਾ ਸਰ? ਸਾਡਾ 2000 ਰੁਪਏ ਦਾ ਲੈਣ ਦੇਣ ਸੀ। ਕਿਹਦੇ ਨਾਲ? ਕੁਲਦੀਪ ਸਿੰਘ ਨਾਲ। ਫਿਰ ਇਹਨੇ ਇਹ 2000 ਰੁਪਏ ਪਿੱਛੇ ਨਾਲ ਰਾਤ ਮੌਤ ਕਰ ਦਿੱਤੀ ਆ। ਪਿੰਡ ਨਾ ਡਿਆਲ ਆਏ ਤੋਂ ਪਹਿਲਾਂ ਇਕਬਾਲ ਸਿੰਘ ਸੀਗਾ, ਇਕਬਾਲ ਸਿੰਘ ਸਨ ਆਫ ਸੋਨ ਸਿੰਘ, ਉਹ ਆਪਣੇ ਘਰ ਸੁੱਤਾ ਪਿਆ ਸੀ ਰਾਤ ਜੀ 11:30 ਵਜੇ। ਪਿੰਡ ਦੇ ਤਿੰਨ ਬੰਦੇ ਆਪਣੇ ਆਏ, ਕੁਲਦੀਪ ਸਿੰਘ ਭੁੱਲਾ ਸੀ, ਨਾਲ ਇੱਕ ਪ੍ਰਭ ਅਤੇ ਇੱਕ ਲੱਲੋ ਗੁਰਲਾਲ ਸਿੰਘ ਲੱਲੋ, ਨਾਲ ਦੋ ਬੰਦੇ ਹੋਰ ਸਿਰ ਪਿਆ ਅਤੇ ਇਹਦੇ ਘਰ ਦਾਖਲ ਹੋਏ। ਇਹਦੇ ਬਿਆਨ ਮੁਤਾਬਕ ਕਿਤੇ ਇਹਨੂੰ ਕੁੱਟਮਾਰ ਕੀਤੀ, ਇਹਦਾ ਰੌਲਾ ਸੁਣ ਕੇ ਘਰ 'ਚ ਕੰਧ ਹੈ ਨਹੀਂ ਸੀ। ਇਹਦਾ ਇੱਕ ਚਾਚਾ ਲਾਗੇ ਰਹਿੰਦਾ ਸੀਗਾ ਸੋਨ ਸਿੰਘ ਮੋਹਨ ਸਿੰਘ, ਉਹ ਜਦੋਂ ਉੱਠਿਆ ਅਤੇ ਉਹ ਜਾ ਕੇ ਉਹਦੇ ਵੀ ਉਹਨੂੰ ਮੇਰਾ ਡਾਂਗਾਂ ਡੂੰਗਾਂ ਮਾਰੀਆਂ। ਉਹ ਰਾਤ ਉਹਨੂੰ ਇੱਥੇ ਦਾਖਲ ਕਰਾਇਆ ਅਤੇ ਦਰਾਨੇ ਲਾ ਕੇ ਉਹਦੀ ਸਵੇਰੇ 4 ਵਜੇ ਮੌਤ ਹੋ ਗਈ। ਉਹਦੀ ਡੈੱਡ ਬੋਡੀ ਡੈੱਡ ਹਾਊਸ ਪਈ ਆ। ਮੁੱਖ ਅਫਸਰ ਸਾਹਿਬ ਬੋਲਣ ਲੱਗਿਆ ਜੋ ਅਜੇ ਪੋਸਟਮਾਰਟਮ ਲੱਗੇ ਕਰਾਉਣ, ਅਤੇ ਜਿੱਦਾਂ ਦੀ ਅੱਗੇ ਕਾਰਵਾਈ ਹੋਈ ਜੋ ਕੁਝ ਪਾਇਆ ਗਿਆ ਉਸ ਮੁਤਾਬਕ ਦੀ ਕਾਰਵਾਈ ਕੀਤੀ। ਇਸ ਮਾਮਲੇ ਨੇ ਦੱਸ ਦਿੱਤਾ ਹੈ ਕਿ ਕਿਸ ਕਦਰ ਲੋਕਾਂ 'ਚ ਇਨਸਾਨੀਅਤ ਅਤੇ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਬਹਰਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਫਰਾਰ ਹੋਏ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਤਰਨ ਤਾਰਨ ਤੋਂ ਜਸਬੀਰ ਲੱਡੂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9253 9563।